शेर मोहतरम हाजी महमद ताज बजाड या इनका तकरीबन ऐद जवानी की किस्त है, जिसमें उन्होंने सदर सदाम का जंग हुआ को बयान की हुआ कि पहलो जंग जिसमें सदर सदाम जीत गए थे उसको तस्कर हुआ। उस मोती गम हार गाऊं कदमां विच मरूं ते जंग नामो सुदाम गोटे पुरी काट करूं सजना की फरमाइश या दूजी रील परूं ताकत गैब दे बख्श सुदाया तू और एक शेर बनाओ जी बाशरियत निकल जाए इल्फाज जे कोई तेरी शान खिलाफ ना इल्मी की वजह ते तू अल्लाह करिए माफ करूं अदा उस मालक का शुक्र कई हजार जेड़ो बख्शे मिन्ना नेमत बेशमार सोहनी जात इलाही हूं जाऊं कुर्बान मेरा जंगन गारा ऊपर तेरा लख एहसान सिफतां लायक तू ही है मालिक कुल जान खालिक कायनात गो तेरो ही हमद बयान तेरो ही आसान मंद हो तेरो ही शुक्र गुजार सब इनाम ये तेरा या सच्ची सरकार ते कलम न रोके अल्लाह जी शेरा इलामा जंग नामो सुदाम वो पर द्योरी लामा बना वे माल का रंगो रंग इंसान कुछ लूला कुछ लंगड़ा कुछ शोदा पलवान कुछ अलमा फकीर जी ते कुछ नेकोकार कुछ है आजी ताज जे आगो बद बदकार कुछ सपाई असलाम गा जिन पर तेरो इनाम आहा शेर असलाम गो सद्र शाह सुदाम ते अवल हवालो अपनो समना दस रियो विच तहसील हवेली गैहू अजकल बस रियो असली काला बहन गो मैडर खास तसील सारफ कर गै समाना फिर परू गोरील फिर
ਰਿਹਾ ਮੁਹਾਲਫ ਮੇਰਾ ਕੁਝ ਇੱਕ ਲੋਕ ਬਖੀਲ ਆਖਰ ਅੱਲਾਹ ਪਾਕ ਨੇ ਜ਼ਾਲਮ ਕੀਆ ਜ਼ਲੀਲ ਹੁਕਮ ਬਾਜ ਨੀ ਚੱਲਦਾ ਛੁਰਾ ਜਲਾ ਦਾ ਤੇਰਾ ਹੱਥ ਵਿੱਚ ਮੋਲਾ ਕੰਮ ਅਮਦਾ ਦਾ ਤੇ ਦਰਾ ਦੁਲੀਆ ਪਿੰਡ ਵਿੱਚ ਨਿੱਕੀ ਜਿਹੀ ਚੁਗੀ ਜੀ ਤਜ ਸਾਜ ਬਜਾੜੀ ਬਸੈ ਜਿੰਦ ਲੁਗੀ ਤੇ ਵਿੱਚ ਜੰਮੂ ਕਸ਼ਮੀਰ ਹੈ ਜ਼ਿਲ੍ਹੋ ਪੁਣਛ ਕਦੀਮ ਪਰ ਹੋ ਰੀਲ ਬਜਾੜ ਜੀ ਕਰੈ ਕਰਮ ਕਰੀਮ ਕੱਲ ਲੋਕ ਕੇ ਆਜੀ ਤਾਜ ਬਜਾੜ ਤੇ ਉਹਨਾਂ ਕਦਮ ਗਈ ਲਾਇਕ ਨਰਮ ਸ਼ਰੀਫ ਗੈ ਹੂੰ ਬੰਦੋ ਨਾ ਪਾਕ ਸਤੀ ਅਰਮ ਸ਼ਰੀਫ ਗੀ ਜਾਣੇ ਕੁੱਲ ਜਹਾਨ ਜਾਣੋ ਅੰਦਰ ਉਸ ਹੈ ਇਤਨੋ ਨਹੀਂ ਆਸਾਨ ਜ਼ੋਰਾ ਜ਼ੋਰੀ ਜਾ ਬੜੈ ਕਰ ਕਿਸੇ ਮਹਿਮਾਨ ਅਗਲੋ ਚਾਰੇ ਨਾ ਕਦੇ ਖਾਲੀ ਮੁੜ ਜਾ ਖਾਨ ਪਿਆਵੇ ਮਹਿਮਾਨ ਉਸ ਮਾਲਕ ਦਾ ਜੋ ਪਿਆਰਾ ਜੀ ਉਹਨਾਂ ਨਾਲ ਅੰਦਰ ਆਣ ਗਾ ਬੇ ਬੁਲਾਰਾ ਜੀ ਤੇ ਮੇਰੋ ਅਰਮ ਸ਼ਰੀਫ ਮਾਇਆ ਨੋ ਜਾਣੋ ਜੀ ਯਾ ਅੱਲਾ ਯੋ ਬਖਸ਼ ਬਣੇ ਬਹਾਨੋ ਜੀ ਕਰਿਓ ਮਸ਼ੀਨ ਗੰਨਾ ਗੋਹੂੰ ਤੇ ਮਾਹਿਰ ਜੀ ਅੱਜ ਪਿੰਸ਼ਨੀਅਰ ਫੌਜ ਗੋ ਐਕਸ ਰਿਟਾਇਰ ਜੀ ਨੰਬਰ 13996999 ਪੀਪਲ ਟੂਨ ਬੁਜਾੜਗੀ ਗੰਨ ਮਸ਼ੀਨ ਬਰੇਨ ਤੇ ਚੜੇ ਪਟੋ ਮਨੀਸ਼ਨ ਗੋ ਫਿਰੇ ਬੁਜਾੜਗੀ ਗੰਨ ਸਭ ਅਸਾਲਟ ਲੈਣ ਜੇ ਪਲ ਵਿੱਚ ਛੋੜੇ ਪੰਨ ਲੜੀ ਲੜਾਈ ਕਸਰ ਗਈ ਅਮਰੇ ਲਾਈ ਨਾਲ ਮਦਦ ਅੱਲਾ ਪਾਕ ਗੀ ਅਮਲਾ ਦਿੱਤਾ ਟਾਲ ਤੇ ਅਮਰੋ ਆਤੋ ਥੰਮਣੋ ਰੱਖਣੋ ਪੈ ਜੇ ਦਮ ਲੜਨੋ ਵਿੱਚ ਮੈਦਾਨ ਗੈ ਨਿੱਤ ਜਾਣਾ ਉਹ ਕੰਮ ਸਾਈ ਮਿੱਠਾ ਬਾਜੀ ਨੇ ਸਜਣੋ ਕੀ ਦੁਆਤ ਵਰੀ ਕਰਾਮਤ ਨਾਲ ਮੇਰੋ ਗਿਓ ਅੱਜ ਕਰਾ ਡੋਬਾ ਬੇੜਾ ਪਾਰ ਕਰੈ ਗੌਸ ਕਰਾਮਤ ਨਾਲ ਵਲੀ
ਦੁਨੀਆਂ ਦਾ ਦਰਬਾਰ ਮਾਂ ਚੋਰ ਬਣੇ ਅਬਦਾਲ ਤੇ ਕਾਮਿਲ ਮੁਰਸ਼ਦ ਪੀਰ ਮੇਰੋ ਬਾਜੀ ਨਿਜ਼ਾਮ ਸਰਕਾਰ ਊ ਸਹਿ ਜਦ ਖਟਾਣਾ ਗੀ ਗੋ ਹੋ ਗਿਓ ਤਾਬਿਆ ਦਾਰ ਵੱਲੀ ਨੂਰ ਜਮਾਲ ਜੀ ਜਦ ਖਟਾਣਾ ਗੀ ਹੁਕਮ ਹੋਈ ਨਗਾ ਜਿਸ ਪਰ ਖਿਜ਼ਰ ਸ਼ਹਾਨਾ ਵੀ ਤੇ ਹਜ਼ਰਤ ਖਵਾਜਾ ਖੇਦਰ ਗੀ ਇੱਕ ਨਗਾ ਪੜੈ ਸੱਸ ਪੁਸ਼ਤ ਉਲਿਆਈ ਗੀ ਆ ਗੈ ਕੌਮ ਚੜੈ ਸੱਤਵੀਂ ਪੁਸ਼ਤ ਵਿੱਚ ਕੋਟਲੀ ਗੈ ਮਦਾਮੀ ਜੀ ਬਾਜੀ ਅਲਫ ਦੀਨ ਸੋਣੋ ਇਸਮ ਗਰਾਮੀ ਜੀ ਮੇਰੋ ਮੁਰਸ਼ਦ ਪੀਰ ਵੀ ਬੜੋ ਇਨਾਮੀ ਜੀ ਬਾਜੀ ਨਿਜ਼ਾਮ ਦੀਨ ਨ ਜਾਣੇ ਲੋਕ ਤਮਾਮੀ ਜੀ ਤੇ ਪਿਆਰਾ ਬਾਜੀ ਸਾਲਾ ਬੇ ਸਾਹਿਬ ਜ਼ਾਦਾ ਜੀ ਅੱਲਾ ਤਾਕਤ ਬਖਸ਼ੈ ਹੋਰ ਜ਼ਿਆਦਾ ਸਰਬਸ ਕੀ ਮੈਂ ਫੌਜ ਗੀ ਕੇ ਉਹ ਚੰਗਾ ਮਾਂ ਤੇ ਖੂਹ ਵਿੱਚ ਅਰਫਾਤ ਲੈ ਫਿਰ ਨੂਰੀ ਰੰਗਾ ਨਾ ਚੱਲ ਵੋ ਖਾਨਾ ਕਾਬਾ ਗੋ ਕੋਈ ਨ ਸਕੈ ਚੱਲ ਅੰਦਰ ਹਰਮ ਸ਼ਰੀਫ ਗੈ ਜ਼ਮ ਜ਼ਮ ਮਾਰੈ ਛਲ ਤੇ ਅੱਲਾਹੁਮਾ ਲਾ ਬੈਕ ਕਹਿਤਾ ਰੁਕ ਜਾਏ ਦੇਖੇ ਨਜ਼ਾਰਾ ਨੂਰ ਦਾ ਗਰਦਨ ਚੁੱਕ ਜਾਏ ਗੇ ਉਹ ਵਿੱਚ ਮੀਨਾਰ ਇਬਰਾਹੀਮ ਖਲੀਲ ਆਉਣਗੇ ਉਹ ਕੁਰਬਾਨ ਜੀ ਪਿਆਰੋ ਇਸਮਾਈਲ ਹੱਥੇ ਟੋਰੈ ਬੱਚਾ ਨਾ ਮਾਂ ਨਮਾਨੀ ਜੀ ਅੱਲਾ ਕਰ ਕਬੂਲ ਸੋ ਯਾ ਕੁਰਬਾਨੀ ਜੀ ਗਰਦਨ ਇਸਮਾਈਲ ਪਰ ਛੁਰੀ ਹੋਈ ਅਸਵਾਰ ਅਰਸ਼ ਪਰ ਜਿਬਰਾਈਲ ਸੋ ਹੋ ਗਿਓ ਖਬਰਦਾਰ ਤੇ ਵਿੱਚ ਦਰਗਾਹ ਤਿਆਰ ਸੀ ਗਰਦਨ ਇਸਮਾਈਲ ਦੁੰਬੋ ਲੈ ਗਏ ਪਲ ਵਿੱਚ ਜਿਬਰਾਈਲ ਤੇ ਗਰਦਨ ਇਸਮਾਈਲ ਗੀ ਪਾਸੇ ਹਟ ਗਈ ਹੇਠ ਛੁਰੀ ਗਏ ਦੁੰਬਾ ਗੀ ਗਰਦਨ ਕੱਟ ਗਈ ਕੁਰਬਾਨੀ ਇਬਰਾਹੀਮ ਗੀ ਵਿੱਚ ਦਰਗਾਹ ਪਈ ਹੋਇਓ ਹੁਕਮ ਜਨਾਬੂ ਹੋ ਮਨਜ਼ੂਰ ਗਈ ਤੇ ਜੇ ਕਰ ਇਸਮਾਈਲ ਗੀ ਗਰਦਨ ਜਾਤੀ ਕੱਟ ਸੱਜਣੋ
ਅੱਜ ਅਸਲਾਮ ਵੀ ਕੌਣ ਚੱਲੈ ਫਿਰ ਸੱਟ ਤੇ ਅੱਲਾ ਵੀ ਅਜ਼ਮਾਵੈ ਥੋ ਆਪਣਾ ਬੰਨਾ ਨਾ ਰਾਹ ਮੇਰਾ ਵਿੱਚ ਕੌਣ ਕਰੈ ਗੋ ਸਭ ਫਰਜ਼ੰਦਾ ਨਾ ਜੀ ਤਾਜ ਤੂੰ ਮੱਕਾ ਤੇ ਤਰਫ ਮਦੀਨੇ ਚੱਲ ਚੱਲ ਸਰਕਾਰ ਮੁਹੰਮਦੀ ਜੀ ਮੁਸ਼ਕਲ ਆਉਂਦਾ ਹੱਲ ਭਾਵੇਂ ਬਣ ਅਲਮਾ ਤੂੰ ਪਰ ਇਲਮ ਵੀ ਖਲ ਨਬੀ ਨਹੀਂ ਉਮਤੀ ਬੋਲ ਸੇ ਨਾ ਬਣੇਗੀ ਗੱਲ ਨਕਲੀ ਪੜੀ ਨਿਮਾਜ਼ ਜੇ ਨਕਲੀ ਕੀ ਅੱਜ ਜਾਵੇ ਮਦੀਨਾ ਵਾਲੋ ਜੇ ਪਰਦਾ ਛੋੜੇ ਕੱਜ ਮਾਲ ਕੁਲੋ ਮਹਫੂਜ਼ ਗੋ ਮਹਿਬੂਬ ਖੁਦਾ ਮਾਲ ਕੋ ਦੇ ਕੋਸਰ ਗੋ ਸ਼ਾਫੀ ਅੰਬੀਆ ਦੇਖੀ ਸ਼ਾਨ ਮੁਹੰਮਦੀ ਨਬੀ ਚੁੱਕ ਗਿਆ ਬਾਕੀ ਔਰ ਨਬੂਮਤ ਦਾ ਕਿੱਸਾ ਮੁੱਕ ਗਿਆ ਤੇ ਜਿਸ ਗੋ ਕਲਮੋ ਅਮ ਪੜਾਮੋ ਨਬੀ ਹੈ ਮਾਰੋ ਜੀ ਮੈਸ਼ਰ ਵਿੱਚ ਨਜ਼ਾਰੋ ਦੇਖਿਆ ਗੋ ਆਲਮ ਸਾਰੋ ਜੀ ਉਸ ਫਿਰ ਹੋਣਾ ਨਬੀਆਂ ਨਾ ਹੋ ਵੀ ਪਾਰੋ ਜੀ ਆਵੇ ਮੁਹੰਮਦ ਅਰਬੀ ਵੈ ਛੁਟਕਾਰੋ ਜੀ ਤੇ ਆਖਰ ਨਬੀ ਮੁਹੰਮਦ ਵੀ ਹਨੀ ਅਸਵਾਰੀ ਜੀ ਕੱਢ ਲਜਾ ਗੋ ਸੋਣੋ ਉਮਤ ਸਾਰੀ ਜੀ ਦੇਖੋ ਮਦੀਨਾ ਸ਼ਹਿਰ ਦਾ ਉੱਚਾ ਮਨਾਰਾ ਸੱਜਣਾ ਜਾਵੇ ਨੂਰ ਦਾ ਦੇਖ ਨਜ਼ਾਰਾ ਤੂੰ ਅਰਬੀ ਸ਼ਾਹ ਸਰਕਾਰ ਗੈ ਵਿੱਚ ਦਰਬਾਰ ਚਲੂ ਰੋਜ਼ੋ ਦੇਖ ਰਸੂਲ ਗੋ ਆਜੀਆਂ ਸੰਗ ਰਲੂ